जी अस्सलाम वालेकुम दोस्तों, उम्मीद है सब दोस्त सब भाई सब व्यूवर खैरियत नाल होवो दे। दोस्तों कल अस गां दी वीडियो लाई सी जी, जर्सी साहिवाल क्रॉस दूसरा सूआ, माशाल्लाह दोस्तों सू गई अल्हम्दुलिल्लाह, अल्लाह पाक दा शुक्र है खैर व आफियत नाल जी। दोस्तों वच्छी दित्ती सी बहुत ही प्यारी जी, बिल्कुल अपने आर दी क्रॉस वच्छी जर्सी क्रॉस जी, अल्हम्दुलिल्लाह दोस्तों। अल्लाह पाक दे साल लम्मे करे, अल्लाह पाक दी जिंदगी करे दोस्तों, या दोस्त लै जाए अल्लाह पाक नसीब करे जी। माशाल्लाह गां दोस्तों कल भी बड़ी तैयारी सी, हूं तो माशाल्लाह जी अल्लाह पाक दोस्तों है दूसरा सुबह सुई जे मुंह च माशाल्लाह 6 दांदे वाली जी क्रॉस गां दोस्तों, गर्मी सर्दी बर्दाश्त करने वाली जी, माशाल्लाह माशाल्लाह जी। दोस्तों साड़ी लोकेशन जेड़ी जिला सरगोधा थाना जावरिया चक हयातपुर बेरा इंटरचेंज सालम इंटरचेंज तो नज़दीक ही जी। दोस्तों साडा डेरा है, साडा फार्म है जी, उत्थे आ गां खली जी, माशाल्लाह हूँ ही सूई जी दोस्तों ताज़ी। इस तो अलावा भी गावं काफ़ी सूई हैं दोस्तों, बाकी दोस्तों माशाल्लाह तुहाडे सामने दोस्तों ए छड्डे जी, अल्लाह पाक दे सालम में कर बहुत खूबसूरत दोस्तों छड्डा गाय कोल जी। ठीक है दोस्तों, इंशाल्लाह नवी वीडियो नाल फिर मिलांगे जी, दुआवां याद रखना है दोस्तों, अपना ख्याल रखना है जी, थोड़ी तुहानू कहंदे टोर के भी गां दिखाने हो। अंगूठे नाल चोने नो सही ने इस तरह नहीं अंगूठे दे नाल है हां जी वेच दे के नहीं मेरा भाई अंगूठे चोंदे पता नहीं की है वो जड़ नवा बंदा हुंदा ना वो इस तरह का होता था ना जी जी आपने माशाल मार डंगर से साडा हां यार आ लियारियां से माशाल्लाह
ਵੱਡੇ ਭਾਈ ਅਸੀਂ 6 ਭਾਈ ਆ ਮਾਸ਼ਾਅੱਲਾ ਬਾਹਰ ਤੇ ਰਕਲੇ ਰਖ ਬਈ ਸਾਡੇ ਕੋਲ ਹੈ ਮਾਸ਼ਾਅੱਲਾ ਤੇ ਵੱਡਾ ਭਾਈ ਆ ਕਹਿੰਦਾ ਨਰ ਪਤਾ ਉਹ ਘਰ ਦੇ ਮਸਲੇ ਹੁੰਦੇ ਨੇ ਉਹਦੇ ਰੱਪੇ ਬਣ ਗਏ ਉਹ ਕੋਈ ਨਹੀਂ ਰਾਜੀ ਹੋ ਗਿਆ ਨਾ ਬੜੀ ਜਗ੍ਹਾ ਤੇ ਪਹਿਲੇ ਦਿਨ ਆਈ ਤੋਂ 13-14 ਸਾਲ ਪਹਿਲ ਦੀ ਗੱਲ ਹੈ ਵਾਲੀ ਸਾਹਿਬ ਮੇਰੀ ਨਜ਼ਰ ਖਰਾਬ ਸੀ ਉਮਰ ਜੀ ਭਾਜੀ ਸਾਨੂੰ ਪਤਾ ਨਹੀਂ ਸੀ ਇਸ ਬੰਦੇ ਦਾ ਸਾਡੇ ਕੋਲ ਜ਼ੋਰ ਸੀ ਇਹਦਾ ਪਤਾ ਲੱਗਾ ਕਿ ਇਹ ਕੰਮ ਬਾਹਰ ਵੀ ਉਹ ਅੰਮਾ ਰੱਖੇ ਇਹਨੂੰ ਘਰ ਲੈ ਸ਼ਬਾਸ ਕੰਮ ਲੱਗਿਆ ਤੇ ਇੱਧਰ ਆਇਆ ਤੇ ਅਸੀਂ ਦੂਜਾ ਕੱਢਿਆ ਅਸੀਂ ਕਿਹਾ ਸਾਨੂੰ ਤੇ ਬੰਦਾ ਘਰ ਦਾ ਚਾਹੀਦਾ ਬੰਦਾ ਜੀ ਹੋ ਜਾ ਤਸੱਲੀ ਵਾਲਾ ਚਲੋ ਜੀ ਮਾਲ ਜੀ ਮੈਂ ਗਿਆ ਸਾ ਪਹਿਲੇ ਬਰਤਨ ਲੈ ਕੇ ਨਾ ਮੈਨੂੰ ਵਾਲਦਾ ਤੇ ਵਾਲੇ ਸਾਹਿਬ ਕਿਹਾ ਬਈ ਗਵਾੜੀ ਅੰਨਾ ਦੂਆ ਕਰਨ ਨਾਲ ਜੀ ਘਰ ਆਈ ਤੇ ਲੱਗੇ ਉਹਨਾਂ ਕੋਲੋਂ ਬੁਲਾ ਕੇ ਤੇ ਚਵਾਈ ਕਰਾ ਯਾਰ ਗਾਈਆਂ ਤੇ ਤੂੰ ਇੱਕ ਨਹੀਂ ਚਲਦਾ ਤੇਰੇ ਕੋਲ ਕਿੰਨੀ ਜਮੀਨ ਹੈ ਮੈਂ ਆਖਿਆ ਠੀਕ ਮੈਂ ਬੁਲਾ ਕੇ ਚਵਾ ਦਾਂ ਤੁਹਾਡੀ ਦੌੜ ਚਾਹੀਦੀ ਪਹਿਲੇ ਦਿਨ ਗਿਆ ਸਾਂ ਇਤਨੇ ਚੋਇਆ ਇਹ ਬਗਾਦ ਨਿਜ਼ਾਮ ਹੀ ਚੱਲ ਗਿਆ ਕੋਈ ਦੋਦੀਆਂ ਨਹੀਂ ਪੀਆ ਬਾਕੀ ਫਲਾਂ ਛੋੜ ਦਿੱਤਾ ਦੂਸਰੇ ਦਿਨ ਥੋੜ੍ਹਾ ਜ਼ਿਆਦਾ ਚੋ ਲਿਆ ਤੀਸਰੇ ਦਿਨ ਜ਼ਿਆਦਾ ਚੌਥੇ ਦਿਨ ਮੈਂ ਪੂਰਾ ਮੁਕੰਮਲ ਤੋਂ ਜਿਤਨਾ ਅੱਗੇ ਪੀ ਕੇ ਆਉਂਦਾ ਜਿਤਨੇ ਉਸ ਰੂਟੀਨ ਨੂੰ ਚੋ ਕਰਨਾ ਦਿਨ ਅੰਗੂਠੇ ਵੀ ਦੇ ਕੇ ਇਸ ਤਰ੍ਹਾਂ ਮੇਰੇ ਕੋਲ ਚਵਾਈ ਨਹੀਂ ਆਉਂਦੀ ਸਾਲ ਸਵਾ ਸਾਲ ਜਿਹੜੇ ਨੇ ਅੰਗੂਠੇ ਵੀ ਦੇ ਉਸ ਤੋਂ ਬਾਅਦ ਕਲਮ ਦੇਦਾ ਹੁਣ ਤਾਂ ਮੈਂ 1.5-2 ਸਾਲ ਤਰਾਏ ਹੋ ਗਏ ਗੁਆਲ ਪੀ ਰਿਹਾ ਯਾਨੀ ਕਿ 30-30 ਡੰਗਰ 32-32 ਡੰਗਰ ਵੀ ਇਸ ਦੇ ਆਏ ਦੇ ਚੋ ਕੇ ਪਰ ਮੈਂ ਹੁਣ ਤਾਂ ਮਾਸ਼ਾਅੱਲਾ ਇਸ ਪੋਜੀਸ਼ਨ ਵਿੱਚ ਜਦ ਨੂੰ ਤਾਰਾ ਮਾਰੋ ਤੇ ਜਗ ਆਪੇ ਖਤਮ ਹੋ ਜਾਊ ਜਗ ਨੇ ਉੱਤੇ ਅਗਰ ਫੇਰ ਕਿਆ ਕੋ ਨਹੀਂ ਸਾਧਦਾ ਜੀ ਹਾਲਾ ਨਾ ਜਗ ਬੈਂਤੀ ਨਹੀਂ ਹੈ ਜੀ ਫੇਰ ਬੈਂਤੀ ਨਹੀਂ ਹੈ ਫੇਰ ਹਾਲਾ ਜੀ ਇਹ ਬਹੁਤ ਲੱਦੋ ਦੇ ਨਾ ਬਹੁਤ ਲੱਦੋ ਦੇ ਨਹੀਂ ਜਗ ਬਾਂਦੀ ਅੱਛਾ 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 ਜੀ ਹਾਂ ਬਾਲਟੀ ਲੈ ਆਉਂ ਸਾਫ ਹੈ ਚਲੋ ਖੈਰ ਉਹ ਖੁਸ਼ ਹੋ ਜਾਂਦੇ ਸੀ ਬਾਕੀ ਮੈਂ ਮੌਜੂਦ ਹਾਂ ਮਿਹਰਬਾਨੀ ਚਲ ਇਹ ਮੇਰੀ ਮੌਜੂਦਗੀ ਹੈ ਤੇ ਬਸ ਖੈਰ ਉਸਦੀ ਖੁਸ਼ੀ ਵਾਸਤੇ ਬਿਲਕੁਲ ਇਮਰਾਨ ਭਾਈ ਸੁਬਾਹ ਕਿਸ ਟਾਈਮ ਚ ਹੋਈ ਆਈ 6 ਵਜੇ ਨਹੀਂ 6 ਵਜੇ ਤੋਂ ਬਾਅਦ ਚੋਈ ਜੀ ਤਕਰੀਬਨ ਆਰਾਮ ਸਕੂਲਨ ਪਾਰਟੀ ਇੱਕ ਚੋਇਆ ਜੀ ਅਸੀਂ ਅੱਗੇ ਗਾਂ ਬਹਿ ਜੇ ਦਾ ਜੇ ਤੇ ਬੋਵੇ ਹਾਂ ਹਾਂ ਇਹ ਤਾਂ ਜੀ ਮੇਨ ਭਾਈ ਜੀ ਤੁਸੀਂ ਲੈਣੀ ਹੁੰਦੀ ਨੇ ਆਪਣੀਆਂ ਪਾਸ ਕਰਕੇ ਤਸੱਲੀਆਂ ਕਰਕੇ ਮਿਹਰਬਾਨੀ ਜਿੰਨਾ ਚ ਸਾਡੇ ਕਿੱਲਿਆਂ ਤੇ ਅਸੀਂ ਜ਼ਿੰਮੇਦਾਰ ਹੁੰਨੇ ਆ ਜੀ ਹਾਂ ਬਿਲਕੁਲ ਅਸੀਂ ਕਿਸੇ ਦੇਖੋ ਹੁਣ ਤੁਹਾਡੇ ਵਾਸਤੇ ਨਹੀਂ ਆਂਦੀ ਅਸਾਂ ਆਪਣੇ ਵਾਸਤੇ ਆਂਦੀ ਕੋ ਖੜੇ ਨਾ ਖੜੇ ਜਿੱਦਾਂ ਨਸੀਬਾਂ ਜਿੱਦੇ ਨਸੀਬਾਂ ਚ ਹੋਏ ਤੁਸੀਂ ਗੱਬਣ ਲੈ ਕੇ ਆਏ ਅਸੀਂ ਗੱਬਣ ਲੈ ਕੇ ਇਮਰਾਨ ਭਾਈ ਇਸ ਗੱਲ ਦੀ ਗਰੰਟੀ ਹੈ ਕਿ ਦੂਆ ਸੂਆ ਮੇਰਾ ਭਾਈ ਦੰਦ ਹੁਣ ਵਿਖਾ ਅੱਛਾ ਦੰਦ ਸਹੀ ਹੈ ਠੀਕ ਹੈ ਇਸ ਮਰਜ਼ੀ ਬੰਦ ਦਿਖਾ ਤੇ ਗਬਨ ਲੈ ਕੇ ਆਇਆ ਤੇ ਅੱਛਾ ਉਹਨਾਂ ਨੇ ਤਾਂ ਦੱਸਿਆ ਕਿ 20 ਲੀਟਰ ਦੁੱਧ ਕਰਦੀ ਰਹੀ ਹੈ ਭਾਈ ਮੇਰਾ ਭਾਈ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਹੁੰਦੀ ਅਸੀਂ ਕਦੀ ਵੇਖ ਕੇ ਨਹੀਂ ਤੇ ਬਸ ਅੰਦਾਜ਼ਾ ਲੱਗ ਜਾਂਦਾ ਹੁਣ ਤੁਸੀਂ ਵੇਂਦੇ ਵਿੱਚ ਵਾ ਤੋਂ ਨਹੀਂ ਸਮਝ ਲੱਗਦੀ ਲੱਗਣੀ ਹੈ ਡਰ ਗਈ ਹੋਣੀ ਵਕਦੀ ਬੈਠੇ ਰਹੇ ਥੱਲੇ ਜੀ ਅਸੀਂ ਵਕਦੀ ਗਾਹ ਨਹੀਂ ਤੇ ਬੈਠ ਦਿੰਦੀਆਂ ਰੋਲ ਕਿਉਂਕਿ ਅਸੀਂ ਥਣ ਪਾਸ ਕਰਕੇ ਲੈਣੇ ਹੁੰਦੇ ਬਿਲਕੁਲ ਆਪਣੀ ਅਸਾਂ ਤਸੱਲੀ ਕਰਨੀ ਜੀ ਭਾਈ ਜੀ ਤੁਸੀਂ ਆਏ ਤੁਹਾਨੂੰ ਆਖਿਆ ਮੇਰਾ ਭਰਾ ਹੈ
ਫਰਮਾ ਲਈਏ। ਚਲੇ ਵੀਡੀਓ ਲੰਬੀ ਹੋ ਜਾਣੀ ਆ ਜੀ ਬਿਲਕੁਲ ਵੇਖਣੇ ਜਾਣੀ ਕੋਈ ਨਹੀਂ ਜੀ ਫਿਰ ਆ ਜੀ ਬਿਲਕੁਲ।